ਸਾਡਾ ਜੀ ਇੱਥੇ ਨੈਸ਼ਨਲ PAU ਇਨਸੈਕਟ ਮਿਊਜ਼ੀਅਮ ਹੈ। ਇਹ 1970 ਤੋਂ ਅਸੀਂ ਸਟਾਰਟ ਕੀਤੀ ਹੋਈ ਹੈ ਕਲੈਕਸ਼ਨ, ਅਤੇ ਹੁਣ ਸਾਡੇ ਕੋਲ 80,000 ਦੇ ਕਰੀਬ ਕੀੜੇ ਨੇ ਜਿਹੜੇ ਕਿ 18 ਡਿਫਰੈਂਟ ਔਰਡਰਸ ਦੇ ਹੈਗੇ ਨੇ। ਟੋਟਲ ਕੀੜਿਆਂ ਦੀਆਂ ਜਿਵੇਂ 30 ਗਰੁੱਪਸ ਹੈਗੇ ਨੇ, ਉਹਨਾਂ 'ਚੋਂ 18 ਤਾਂ ਸਾਡੇ ਕੋਲ ਹੈਗੇ ਨੇ ਕੀੜੇ, ਔਰ ਸਾਰੀ ਕਲੈਕਸ਼ਨ ਨੂੰ ਅਸੀਂ ਪੂਰਾ ਮੇਨਟੇਨ ਕਰਕੇ ਰੱਖਦੇ ਹਾਂ ਉਹਨਾਂ ਦੀ। ਸਾਲ 4-5 ਵਾਰ ਆਪਾਂ ਫਿਊਮੀਗੇਸ਼ਨ ਕਰਦੇ ਹਾਂ ਫਿਨੈਲ ਨਾਲ ਜਾਂ ਕੈਮੀਕਲ ਆਉਂਦਾ ਉਹਦੇ ਨਾਲ, ਤਾਂ ਕਿ ਕੀੜੇ ਖਰਾਬ ਨਾ ਹੋਣ। ਹਾਂਜੀ, ਇਹਦੇ 'ਚ ਵੀ ਅਸੀਂ ਨਾ ਕੀੜੇ ਜਿਉਂਦੇ ਫੜ ਲਈਦੇ ਆਪਾਂ ਨੈੱਟ ਨਾਲ ਜਾਂ ਟਰੈਪਸ ਦੇ ਨਾਲ, ਫਿਰ ਉਹਨਾਂ ਨੂੰ ਕਿਲਿੰਗ ਬੋਟਲਸ 'ਚ ਆਪਾਂ ਮਾਰ ਲਈਦਾ, ਫਿਰ ਉਹਨਾਂ ਨੂੰ ਸਟਰੈਚ ਕਰ ਲਈਦਾ। ਸਪੈਸ਼ਲ ਇੱਕ ਬੋਰਡ ਹੁੰਦੇ ਆ, ਉਹਨਾਂ 'ਤੇ ਸਟਰੈਚਿੰਗ ਕਰਕੇ ਫਿਰ ਉਹਨਾਂ ਨੂੰ ਇੱਕ ਪਿੰਸ ਨਾਲ, ਇੱਕ ਅਸੀਂ ਜਿਵੇਂ ਆਪਣਾ ਹੁੰਦਾ ਨਾ ਡੱਬਾ, ਉਹਦੇ 'ਚ ਰੱਖ ਲਈਦਾ। ਉਹਦੇ 'ਚ ਫਿਰ ਫਿਨੈਲ ਦੀਆਂ ਗੋਲੀਆਂ ਚਾਰੇ ਪਾਸੇ ਪਾਈ ਦੀਆਂ, ਇੱਕ ਪੈਰਾਡਾਈਕਲੋਰੋਬੈਨਜ਼ੀਨ ਕੈਮੀਕਲ ਆ ਉਹ ਵੀ ਉਹਦੇ ਡੱਬੇ ਦੇ ਵਿੱਚ ਸਾਰੇ ਪਾਸੇ ਆਪਾਂ ਉਸ ਰਾਖਾਂ 'ਚ ਪਾ ਦਈਦਾ, ਅਤੇ ਡੱਬੇ ਏਅਰ ਟਾਈਟ ਹੁੰਦੇ ਨੇ, ਫਿਰ ਉਹਦੇ ਵਿੱਚ ਉਦੋਂ ਕੀੜੀਆਂ ਵਗੈਰਾ ਨਹੀਂ ਆਉਂਦੀਆਂ ਉਹਨੂੰ। ਅਤੇ ਉਹ ਇੱਕ ਉਹਨੂੰ AC ਵਾਲਾ ਮਾਹੌਲ ਚਾਹੀਦਾ ਹੁੰਦਾ, ਮਤਲਬ ਠੰਡਾ ਮਾਹੌਲ ਚਾਹੀਦਾ ਹਰ ਟਾਈਮ। ਉਹ ਕਲੈਕਸ਼ਨ ਫਿਰ ਸਾਡੀ ਸਾਲਾਂ ਸਾਲ ਠੀਕ ਰਹਿੰਦੀ ਹੈ ਜੀ। ਅਤੇ ਮੈਮ, ਪੰਜਾਬ ਦੇ ਵਿੱਚ ਕੋਈ ਦੂਜੀ ਇਸ ਤਰ੍ਹਾਂ ਦਾ ਕੋਈ ਮਿਊਜ਼ੀਅਮ ਹੋਵੇ ਜਿੱਥੇ ਰੈਫਰੈਂਸ ਲਈ ਇਸ ਤਰ੍ਹਾਂ ਦਾ ਕੋਈ ਹੈ? ਇੰਨਾ ਵੱਡਾ ਨਹੀਂ ਜੀ, PAU 'ਚ ਸਾਰਿਆਂ ਤੋਂ ਵੱਡਾ ਹੈਗਾ। ਜੇ ਅਸੀਂ ਉੱਤਰੀ ਭਾਰਤ 'ਚ ਦੇਖਦੇ ਹਾਂ ਤਾਂ ਦਿੱਲੀ ਤੋਂ ਬਾਅਦ ਫਿਰ ਸਾਡੇ ਕੋਲ PAU ਦੇ ਵਿੱਚ ਹੈਗਾ। ਔਰ ਬੜਾ ਮਾਡਰਨ ਸਿਸਟਮ ਨਾਲ ਬਣਿਆ ਹੋਇਆ ਕਿ ਇੱਕ ਮੋਬਾਈਲ ਰੈਕ ਸਿਸਟਮ ਹੈ, ਅਦਰਵਾਈਜ਼ ਆਪਾਂ ਦੇਖੀਏ ਤਾਂ ਇੰਨੇ ਕੀੜੇ ਇੱਕ ਛੋਟੇ ਜਿਹੇ ਮਿਊਜ਼ੀਅਮ 'ਚ ਰੱਖਣੇ ਬਹੁਤ ਔਖੇ ਆ। ਤਾਂ ਉਹ ਮੋਬਾਈਲ ਰੈਕ ਨੇ, ਜਿਵੇਂ 6 ਰੈਕ ਨੇ ਅਤੇ ਉਹਦੇ 'ਚ 80 ਹੀ ਕੈਬਿਨੇਟਸ ਨੇ ਸਾਡੇ ਕੋਲ, ਉਹਨਾਂ ਦੇ ਵਿੱਚ ਸਾਰੇ ਕੀੜੇ ਅਸੀਂ ਰੱਖੇ ਹੋਏ ਆ। ਅਤੇ ਮੈਮ, ਦੇਖਿਆ ਜਾਂਦਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਆ ਉਹ ਸ਼ੁਰੂ ਤੋਂ ਹੀ ਕਿਸਾਨਾਂ ਦੇ ਫਾਇਦੇ ਲਈ ਕੰਮ ਕਰਦੀ ਆ, ਸੋ ਜਿਹੜਾ ਕੀਟ ਵਿਗਿਆਨ ਡਿਪਾਰਟਮੈਂਟ ਹੈਗਾ ਜਾਂ ਜਿਹੜੀ ਲਾਇਬ੍ਰੇਰੀ ਬਣੀ ਹੋਈ ਆ ਆਪਣੇ ਕੋਲ, ਉਹ ਕਿਸ ਤਰ੍ਹਾਂ ਕਿਸਾਨਾਂ ਦੀ ਮਦਦ ਕਰਦੀ ਹੈ? ਕਿੰਨੇ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਕੀੜੇ ਦੇ ਨਾਲ ਫਸਲਾਂ ਨੂੰ ਲੱਗਦੀਆਂ, ਉਹਦੇ ਬਾਰੇ ਥੋੜ੍ਹੀ ਥੋੜ੍ਹੀ ਜਾਣਕਾਰੀ ਤੁਹਾਡੀ? ਹਾਂਜੀ, ਇਸ ਮਿਊਜ਼ੀਅਮ ਦੇ ਵਿੱਚ ਅਸੀਂ ਹਾਨੀਕਾਰਕ ਕੀੜੇ ਵੀ ਰੱਖੇ ਹੋਏ ਨੇ ਜੀ, ਜਿੱਦਾਂ ਆਪਣੀਆਂ ਫਸਲਾਂ ਨੂੰ ਨੁਕਸਾਨ ਕਰਦੇ ਨੇ, ਕਣਕ, ਝੋਨਾ ਹੋ ਗਿਆ, ਨਰਮਾ ਹੋ ਗਿਆ, ਸਬਜ਼ੀਆਂ ਹੋ ਗਈਆਂ ਫਲਾਂ ਦੇ, ਜਿੰਨੇ ਨੁਕਸਾਨ ਵਾਲੇ ਕੀੜੇ ਆ ਉਹ ਰੱਖੇ ਆ। ਫਿਰ ਉਹਨਾਂ ਦੇ ਡੈਮੇਜ ਵੀ, ਉਹ ਕਿੱਦਾਂ ਆਪਾਂ ਨੁਕਸਾਨ ਦੀ ਪਛਾਣ ਕਰਨੀ ਆ ਨਾ, ਜੇ ਕਿਸਾਨ ਵੀਰ ਆ ਕੇ ਦੇਖਣਾ ਚਾਹੁਣ ਉਹ ਵੀ ਦੇਖਦੇ ਆ, ਬੱਚੇ ਬਹੁਤ ਆਉਂਦੇ ਆ ਸਾਡੇ ਕੋਲ ਸਕੂਲਾਂ ਕਾਲਜਸ ਦੇ ਦੇਖਣ। ਇਸੇ ਤਰ੍ਹਾਂ ਹੀ ਲਾਭਦਾਇਕ ਵੀ ਕੀੜੇ ਬਹੁਤ ਨੇ, ਜਿੱਦਾਂ ਆਪਣੇ ਕੋਲ ਮਧੂਮੱਖੀਆਂ ਨੇ ਜੀ, ਰੇਸ਼ਮ ਦੇ ਕੀੜੇ ਹੈਗੇ ਆ, ਫਿਰ ਲੈਕ ਵਾਲੇ ਜਿਹੜੇ ਕੀੜੇ ਆ, ਇਹ ਜਿਹੜੇ ਕੁਦਰਤੀ ਆ ਫਿਰ ਪ੍ਰੀਡੇਟਰ ਨੇ ਜਿਹੜੇ ਕਿ ਕੁਦਰਤ ਦੇ ਵਿੱਚ ਇਸ ਚੀਜ਼ ਨੂੰ ਕੰਟਰੋਲ ਕਰਦੇ ਆ ਹਾਨੀਕਾਰਕ ਕੀੜਿਆਂ ਨੂੰ, ਉਹ ਸਾਰੇ ਲਾਭਦਾਇਕ ਕੀੜੇ ਵੀ ਆਪਾਂ ਇੱਥੇ ਰੱਖੇ ਹੋਏ ਨੇ। ਇਸ ਤੋਂ ਇਲਾਵਾ ਆਪਾਂ ਜਿਵੇਂ ਮੈਡੀਕਲ ਜਾਂ ਵੈਟਨਰੀ ਇੰਪੋਰਟੈਂਸ ਵਾਲੇ ਵੀ, ਜਿਵੇਂ ਮੱਛਰ ਹੈਗਾ, ਡੇਂਗੂ ਮਲੇਰੀਆ ਆਮ ਫੈਲਦੇ ਆ, ਉਹ ਵਾਲੇ ਰੱਖੇ ਹੋਏ, ਪਲੇਗ ਕਿਹੜੇ ਕੀੜੇ ਨਾਲ ਫੈਲਦੀ ਆ ਉਹ ਵੀ ਅਸੀਂ ਰੱਖੇ ਹੋਏ ਨੇ। ਇਸ ਮਿਊਜ਼ੀਅਮ 'ਚ ਸਾਡੇ ਕੋਲ ਜਿਵੇਂ ਤੁਸੀਂ ਲਾਓ ਵੀ ਸਭ ਤੋਂ ਛੋਟਾ ਜਿਹੜਾ ਕੀੜਾ ਉਹ 0.1 mm ਦਾ, ਅਤੇ ਸਭ ਤੋਂ ਵੱਡਾ ਸਾਡੇ ਕੋਲ 12 inch ਦਾ। ਸੋ ਇਸ ਤਰ੍ਹਾਂ ਸਾਡੇ ਕੋਲ ਉੱਤਰੀ ਭਾਰਤ, ਸੈਂਟਰਲ ਜਿਹੜਾ ਆਪਣਾ ਮੱਧ ਭਾਰਤ ਹੈ, ਡੈਜ਼ਰਟ ਏਰੀਆਜ਼ ਨੇ, ਇੱਥੇ ਸਾਰਿਆਂ ਦੀ ਕਲੈਕਸ਼ਨ ਆਪਾਂ ਰੱਖੀ ਹੋਈ ਹੈ। ਹਾਂਜੀ ਹਾਂਜੀ, ਸਾਰੀਆਂ ਹੁੰਦੀਆਂ ਸਾਡੇ ਕੋਲ। ਜਿਵੇਂ ਆਮ ਕੀੜੇ ਦੀ ਆਪਾਂ ਦੇਖੀਏ ਵੀ ਅੰਡਾ, ਲਾਰਵਾ, ਪਿਊਪਾ, ਬਾਲਗ ਹੈ, ਉਹ ਸਾਰੀਆਂ ਅਵਸਥਾਵਾਂ ਆਪਾਂ ਰੱਖਦੇ ਹਾਂ, ਤੇ ਉਹਨਾਂ ਤੋਂ ਹੀ ਉਹਨਾਂ ਦੀ ਪਛਾਣ ਕਰਦੇ ਹਾਂ ਆਪਾਂ, ਸਾਰੀਆਂ ਹੈਗੀਆਂ ਆਪਣੇ। ਮੈਮ, ਸਟੂਡੈਂਟਸ ਨੂੰ ਕਿਸ ਤਰ੍ਹਾਂ ਮਦਦ ਹੁੰਦੀ ਹੈ, ਇਸ ਬਾਰੇ ਜਾਣਕਾਰੀ ਕਿੱਦਾਂ ਮਿਲਦੀ? ਸਟੂਡੈਂਟਸ ਲਈ ਇੱਕ ਤਾਂ ਜਿਹੜੇ ਅਸੀਂ ਕੋਰਸਿਸ ਪੜ੍ਹਾਉਂਦੇ ਹਾਂ BSc, MSc, PhD ਲੈਵਲ 'ਤੇ, ਉਹਦੇ 'ਚ ਇਹਨਾਂ ਨੂੰ ਅਸੀਂ ਅਲੱਗ ਅਲੱਗ ਇੱਕ ਜਿਹੜਾ ਕੋਰਸ ਆ ਉਹਦੇ 'ਚ ਬੱਚਿਆਂ ਨੂੰ ਪਛਾਣ ਕਰਾਈ ਜਾਂਦੀ ਹੈ, ਕਿੱਦਾਂ ਇਹਨਾਂ ਨੂੰ ਪਛਾਣਨਾ, ਕਿੱਦਾਂ ਪ੍ਰਿਜ਼ਰਵ ਕਰਨਾ। ਬੱਚੇ ਆਪ ਕਲੈਕਸ਼ਨ ਕਰਕੇ ਵੀ ਲਿਆਉਂਦੇ ਆ,
ਫਿਰ ਉਹਦੀ ਪਛਾਣ ਕਰਦੇ ਆ, ਉਹਨਾਂ ਨੂੰ ਇੱਕ ਪਤਾ ਚੱਲਦਾ ਵੀ ਇਹ ਹਾਨੀਕਾਰਕ ਹੈ, ਲਾਭਦਾਇਕ ਹੈ ਜਾਂ ਕੀ ਇਹਦੀ ਇੰਪੋਰਟੈਂਸ ਹੈ, ਉਹ ਚੀਜ਼ਾਂ ਸਾਰੀਆਂ ਉਹ ਦੇਖਦੇ ਨੇ। ਸਕੂਲ ਕਾਲਜਿਸ ਦੇ ਬੱਚੇ ਉਹਨਾਂ ਨੂੰ ਅਵੇਅਰਨੈਸ, ਬੱਚੇ ਬੜੇ ਖੁਸ਼ ਹੁੰਦੇ ਆ ਕਿ ਜੀ ਤਾਂ ਉਹਨਾਂ ਨੂੰ ਪਤਾ ਚੱਲਦਾ, ਕਿਊਰੋਸਿਟੀ ਹੁੰਦੀ ਹੈ ਨਾ, ਫਿਰ ਉਹ ਆਪਣੀ ਭਾਸ਼ਾ ਜਿਵੇਂ ਕੋਈ ਕਿਸੇ ਨੂੰ ਫੇਲ ਪਾਸ ਕਹਿੰਦਾ, ਕੋਈ ਜਹਾਜ਼ ਕਹਿੰਦਾ, ਉਹ ਬੜੇ ਖੁਸ਼ ਹੁੰਦੇ ਆ ਦੇਖ ਕੇ ਸਾਰੀਆਂ ਚੀਜ਼ਾਂ ਨੂੰ। ਪਲੱਸ ਸਾਡੇ ਜਿਹੜੇ MSc PhD ਦੇ ਬੱਚੇ ਨੇ ਉਹ ਆਪਣੀ ਕਲੈਕਸ਼ਨ ਵੀ ਇੱਥੇ ਨਾਲ ਨਾਲ ਉਹਨਾਂ ਲਈ ਕੰਪਲਸਰੀ ਆ ਵੀ ਉਹ ਜਮ੍ਹਾਂ ਕਰਵਾਉਂਦੇ ਨੇ ਜਿਸ ਚੀਜ਼ 'ਤੇ ਉਹ ਰਿਸਰਚ ਕਰਦੇ ਆ। 80,000 ਆ ਜੀ ਸਾਡੇ ਕੋਲ ਨੀਅਰਲੀ। ਉਸ ਤਰ੍ਹਾਂ ਦੇ ਥੋੜੇ ਜਿਹੇ ਹੈਗੇ ਨੇ ਜੀ ਜਿਹੜੇ ਦੁਰਲੱਭ ਨੇ, ਜਾਂ ਜਿਹੜੇ ਜਿਵੇਂ ਆਪਾਂ ਕਹਿ ਲਓ ਵੀ ਉਹਨਾਂ ਦੀ ਜਨਸੰਖਿਆ ਕੁਦਰਤ 'ਚ ਘੱਟ ਰਹੀ ਹੈ, ਉਸ ਤਰ੍ਹਾਂ ਦੇ ਵੀ ਕੀੜੇ ਸਾਡੇ ਕੋਲ ਹੈਗੇ ਨੇ। ਉਹਨਾਂ ਦਾ ਅਸੀਂ ਥੋੜ੍ਹਾ ਖਾਸ ਖਿਆਲ ਰੱਖੀਦਾ ਵੀ ਉਹਨਾਂ ਨੂੰ ਅਸੀਂ ਜ਼ਿਆਦਾ ਪ੍ਰਿਜ਼ਰਵ ਕਰੀਏ। ਮੈਂ ਆਪ ਕੀ ਸਵਾਲ ਹੈ, ਕਿਸਾਨ ਵੀ ਜਿਵੇਂ ਕਿ ਅਕਸਰ ਚਿੰਤਤ ਰਹਿੰਦੇ ਆਪਣੀ ਫਸਲਾਂ ਲੈ ਕੇ, ਸੋ ਉਹਨਾਂ ਨੂੰ ਵੀ ਇਸ ਸੰਬੰਧੀ ਜਾਣਕਾਰੀ ਦੇਣ ਲਈ ਇੱਕ ਟ੍ਰੇਨਿੰਗ ਪ੍ਰੋਗਰਾਮ ਚਲਾਇਆ ਜਾਂਦਾ ਹੈ, ਜਾਂ ਉਹ ਵੀ ਵਿਜ਼ਿਟ ਕਰ ਸਕਦੇ ਆ ਲਾਇਬ੍ਰੇਰੀ 'ਚ, ਜਾਂ ਇੱਦਾਂ ਦਾ ਕੋਈ ਉਹਨਾਂ ਦੀ ਕੋਈ ਕੈਂਪ ਲਗਾਏ ਜਾਂਦੇ ਜਿੱਦਾਂ ਕਿਸਾਨ ਮੇਲੇ ਹੁੰਦੇ ਆ ਉਹਦੇ ਬਾਰੇ? ਕਿਸਾਨ ਮੇਲਿਆਂ 'ਤੇ ਅਸੀਂ ਰੱਖਦੇ ਹਾਂ ਜੀ, ਕਿਸਾਨ ਮੇਲੇ 'ਤੇ ਆਪਾਂ ਸਾਰੀਆਂ ਹੀ ਜਿਵੇਂ ਨਾ ਝੋਨੇ ਦੇ ਕੀੜੇ, ਨਰਮੇ ਦੇ, ਸਬਜ਼ੀਆਂ ਦੇ, ਫਲਾਂ ਦੇ, ਦਾਲਾਂ ਦੇ ਅਸੀਂ ਡੱਬਿਆਂ 'ਚ ਬੰਦ ਕਰਕੇ ਮੇਲੇ 'ਚ ਰੱਖਦੇ ਹਾਂ, ਦੋਨੋਂ ਪਾਸੇ, ਮੇਨ ਪੰਡਾਲ 'ਚ ਵੀ ਅਤੇ ਆਪਣੇ ਐਂਟਮੋਲੋਜੀ ਫਾਰਮ 'ਤੇ ਵੀ। ਅਤੇ ਜੇ ਕੋਈ ਕਿਸਾਨ ਵੀਰ ਇੱਥੇ ਆ ਕੇ ਵੀ ਦੇਖਣਾ ਚਾਹੁੰਦਾ ਉਹ ਦੇਖ ਸਕਦੇ ਆ, ਮਿਊਜ਼ੀਅਮ 9-5 ਸਾਡਾ ਖੁੱਲ੍ਹਾ ਹੁੰਦਾ, ਅਤੇ ਜਾਂ ਤਾਂ ਡੀਨ ਸਾਹਿਬ ਨੂੰ ਰਿਕੁਐਸਟ ਲਿਖ ਸਕਦੇ ਆ, VC ਸਾਹਿਬ ਨੂੰ ਲਿਖ ਸਕਦੇ ਆ, ਜਾਂ ਹੈੱਡ ਐਂਟਮੋਲੋਜੀ ਨੂੰ ਲਿਖ ਸਕਦੇ ਆ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।